ਪੰਜਾਬ ਆੜ੍ਹਤੀ ਯੂਨੀਅਨ ਦੇ ਸੂਬਾ ਪ੍ਰਧਾਨ ਵਿਜੇ ਕਾਲਰਾ ਅੱਜ ਨਵਾਂਸ਼ਹਿਰ ਵਿੱਚ ਆੜ੍ਹਤੀ ਯੂਨੀਅਨ ਨਵਾਂਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ਦੀ ਦਾਣਾ ਮੰਡੀ ਨਵਾਂਸ਼ਹਿਰ ਵਿੱਚ ਦੁਕਾਨ ਉੱਤੇ ਪਹੁੰਚੇ। ਇਸ ਮੌਕੇ ਪੰਜਾਬ ਪ੍ਰਧਾਨ ਨੇ ਆੜ੍ਹਤੀ ਵਰਗ ਨਾਲ ਜਿੱਥੇ ਮੁਲਾਕਾਤ ਕੀਤੀ ਉੱਥੇ ਉਹਨਾਂ ਨੇ ਪਿਛਲੇ ਦਿਨ ਨਵਾਂਸ਼ਹਿਰ ਦੇ ਪ੍ਰਧਾਨ ਮਨਜਿੰਦਰ ਸਿੰਘ ਵਾਲੀਆ ਦੇ ਘਰ ਹੋਟਲ ਅਤੇ ਦੁਕਾਨ ਉੱਤੇ ਕੇਂਦਰ ਦੀ ਸਰਕਾਰ ਵੱਲੋਂ ਕਰਵਾਈ ਗਈ ਇਨਕਮ ਟੈਕਸ ਦੀ ਰੇਡ ਦੀ ਘੋਰ ਸ਼ਬਦਾਂ ਵਿੱਚ ਨਿੰਦਾ ਵੀ ਕੀਤੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਪੰਜਾਬ ਅੰਦਰ ਆੜ੍ਹਤੀ ਅਤੇ ਕਿਸਾਨਾਂ ਦਾ 9 ਮਾਸ ਦਾ ਰਿਸ਼ਤਾ ਹੈ ਉਸ ਨੂੰ ਤੋੜਨ ਲਈ ਸਰਕਾਰ ਵੱਲੋਂ ਜੋ ਪੂਰੇ ਪੰਜਾਬ ਵਿੱਚ IT ਵਿਭਾਗ ਦੀਆਂ ਰੇਡਾਂ ਪਵਾਈਆਂ ਗਈਆਂ ਨੇ ਉਸ ਦੇ ਬਾਵਜੂਦ ਵੀ ਇਹ ਰਿਸ਼ਤਾ ਟੁੱਟ ਰਹੇਗਾ। ਸੂਬਾ ਪ੍ਰਧਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਖਿਲਾਫ ਜੋ 3 ਕਾਲੇ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਰੱਦ ਕੀਤਾ ਜਾਵੇ। ਪ੍ਰਧਾਨ ਕਾਲਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਜੋ ਲਗਭਗ 6 ਮਹੀਨੇ 24 ਦਿਨਾਂ ਤੋਂ ਇਹਨਾਂ ਕਾਲੇ ਕਾਨੂੰਨਾਂ ਖਿਲਾਫ਼ ਸ਼ਾਂਤਮਈ ਸੰਘਰਸ਼ ਕਰ ਰਹੇ ਨੇ। ਉਹਨਾਂ ਨੇ ਇਹ ਵੀ ਦੱਸਿਆ ਕਿ ਆੜ੍ਹਤੀ ਵਰਗ ਹਮੇਸ਼ਾ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ ਅਤੇ ਖੜ੍ਹਾ ਰਹੇਗਾ। ਇਸ ਮੌਕੇ ਉਹਨਾਂ ਨਾਲ ਮਨਜਿੰਦਰ ਸਿੰਘ ਵਾਲੀਆ, ਜ਼ਿਲ੍ਹਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਨਵਾਂਸ਼ਹਿਰ ਸਮੇਤ ਨਵਾਂਸ਼ਹਿਰ ਦੇ ਸਮੂਹ ਆੜ੍ਹਤੀ ਅਤੇ ਕਿਸਾਨ ਵੀ ਹਾਜ਼ਰ ਸਨ। ਵੇਚਦੇ ਹਾਂ ਵਹਾਂ ਸੇ ਵਪਾਰੀ ਲੋਕ ਯਹਾਂ ਲਾ ਕੇ ਵੇਚਦੇ ਹੈ। ਜੇ ਸਾਰਾ ਹਮਨੇ ਦੇਖਾ ਤੋ ਹਮੇ ਡਰ ਲਗਤਾ ਹੈ ਯੇ ਜੋ 3 ਕਾਨੂੰਨ ਪਾਏ ਹੈ ਤੋ ਇਸ ਲਈ ਹਮ ਵੀ ਉਨਕੇ ਸਾਥ ਸਾਥ ਦੇ ਰਹੇ ਹੈ ਕਿਸਾਨੋਂ ਕੇ ਸਾਥ ਤੋ ਹਮਾਰੀ ਤੋ ਇਹ ਸੋਚ ਹੈ ਕਿ ਅਗਰ ਪੰਜਾਬ ਕੋ ਬਚਾਣਾ ਹੈ ਦੇਸ਼ ਕੋ ਬਚਾਣਾ ਹੈ ਤੋ ਇਹ ਤਿੰਨੋ ਕਾਲੇ ਕਾਨੂੰਨ ਗਵਰਨਮੈਂਟ ਆਫ ਇੰਡੀਆ ਕੋ ਵਾਪਸ ਲੈਣੇ ਚਾਹੀਏ ਕਿਉਂਕਿ ਪ੍ਰਾਈਮ ਮਿਨਿਸਟਰ ਔਰ ਪਬਲਿਕ ਕਾ ਕੋਈ ਮੇਲ ਨਹੀਂ ਹੈ। ਪ੍ਰਾਈਮ ਮਿਨਿਸਟਰ ਤੋ ਇੱਕ ਰਾਜਾ ਹੈ ਦੇਸ਼ ਕਾ ਤੋ ਉਸਕੇ ਮੁਕਾਬਲੇਬਾਜ਼ੀ ਕਹਾਂ ਹੈ ਹਮਾਰੇ ਲੋਕੋਂ ਕੀ। ਇਤਨੀ ਠੰਡ ਮੇਂ ਹਮਾਰੇ ਲੋਕ ਵਹਾਂ ਬੈਠੇ ਹੈ, 70-80 ਸਾਲ ਕੇ ਬਜ਼ੁਰਗ ਹੈ, ਹਮਾਰੀਆਂ ਮਾਤਾਏ, ਹਮਾਰੀ ਬਹਿਨੇ, ਹਮਾਰੀ ਬੱਚੀਆਂ ਔਰ ਨੌਜਵਾਨ ਜਿਸਕੋ 20-22 ਸਾਲ ਕੇ ਸਕੂਲ ਛੋੜ ਕੇ ਵਹਾਂ ਜਾ ਕੇ ਬੈਠੇ ਹੈ ਰਾਤ ਦਿਨ, ਵਹਾਂ ਉਨਕਾ ਵਲੰਟੀਅਰ ਵੀ ਕਾਮ ਕਰਤੇ ਹੈ। ਦੇਖੋ ਜ਼ਿੰਦਗੀ ਮੇਂ ਮੈਨੇ ਮੇਰੀ 60 ਸਾਲ ਸੇ ਉੱਪਰ ਉਮਰ ਹੋਗੀ, ਮੈਨੇ ਪਹਿਲੀ ਵਾਰ ਦੇਖਾ ਇਤਨਾ ਬੜਾ ਜਨ ਅੰਦੋਲਨ ਹੋ ਤੋ ਵਹਾਂ ਆਜ ਤੱਕ ਪਿਛਲੇ ਯੇ 5 ਜੂਨ ਕੋ ਹੋਇਆ ਤਾਂ 6 ਮਹੀਨੇ ਸੇ ਉੱਪਰ ਬੀਤ ਚੁੱਕੇ ਹੈ। ਆਜ 6 ਮਹੀਨੇ ਤੋ ਅੱਜ 29 ਤਰੀਕ ਹੈ, 6 ਮਹੀਨੇ ਅਤੇ 24 ਦਿਨ ਹੋ ਗਏ ਇਸ ਬਿੱਲ ਕੋ ਆਏ ਕੋ, ਆਰਡੀਨੈਂਸ ਕੇ ਰੂਪ ਮੇਂ ਜੋ ਆਇਆ ਥਾ ਤੋ ਉਸਮੇਂ 4 ਮਹੀਨੇ ਸੇ ਐਜੀਟੇਸ਼ਨ ਚੱਲ ਰਹੀ ਹੈ, ਅੰਦੋਲਨ ਚੱਲ ਰਿਹਾ ਹੈ, ਲੋਕੋਂ ਕੀ ਹੱਥ ਫੈਲਾ ਕਰ ਜੋੜੀਆਂ ਅੱਡ ਕਰ ਕਹਤੇ ਹੈ ਕਿ ਜੇ ਕਾਨੂੰਨ ਵਾਪਸ ਲੈ ਲਓ ਹਮੇਂ ਮੱਤ ਮਾਰੋ ਤੋ ਉਸਮੇਂ ਆਜ ਤੱਕ ਕਿਸੀ ਕਾ ਕੋਈ ਸਰਕਾਰੀ ਜਾਂ ਗੈਰ ਸਰਕਾਰੀ ਪ੍ਰੋਪਰਟੀ ਕਾ ਜਾਂ ਜਾਨੀ ਮਾਲੀ ਕਿਸੀ ਨੇ ਕੋਈ ਇੱਕ ਪੈਸੇ ਕਾ ਨੁਕਸਾਨ ਨਹੀਂ ਕੀਆ, ਬਸ਼ਰਤੇ ਇਸ ਬਾਤ ਕੇ ਕਿ ਵੋ ਆਪਣੀ ਜੇਬ ਸੇ ਪੈਸੇ ਨਿਕਾਲ ਨਿਕਾਲ ਭੁੱਖੋਂ ਕੋ ਗਰੀਬੋਂ ਕੋ ਲੰਗਰ ਛਕਾ ਰਹੇ ਹੈ ਤੋ ਮੈਂ ਤਾਂ ਐਪਰੀਸ਼ੀਏਟ ਕਰਦਾ ਹਾਂ ਉਸ ਨੌਜਵਾਨ ਪੀੜ੍ਹੀ ਕੋ, ਆਪਣੇ ਬਜ਼ੁਰਗੋਂ ਕੋ ਸਲੂਟ ਕਰਤਾ ਹੂੰ ਜੋ ਵਹਾਂ ਜਾ ਕੇ ਬਿਨਾਂ ਕਿਸੀ ਐਸੀ ਸੋਚ ਕੇ ਕਿ ਹਮ ਲੜਾਈ ਲੜਨੇ ਆਏ ਹੈ ਵੋ ਤਾਂ ਕਹਤੇ ਹਮ ਤਾਂ ਆਪਣਾ ਹੱਕ ਮੰਗਣੇ ਆਏ ਤੋ ਇਸ ਲਈ ਗਵਰਨਮੈਂਟ ਆਫ ਇੰਡੀਆ ਕੋ ਚਾਹੀਏ ਕਿ ਇਸਕੋ ਤੁਰੰਤ ਬਿੱਲ ਜੋ ਕੱਲ੍ਹ ਮੀਟਿੰਗ ਹੈ 30 ਤਰੀਕ ਕੋ ਕਿ ਜੇ ਬਿੱਲ ਵਾਪਸ ਲੈ ਲੇ, ਦੁਬਾਰਾ ਬਿੱਲ ਬਣਾ ਲੇ ਬੈਠ ਕੇ ਕਿਸਾਨੋਂ ਕੇ ਜੋ ਕਿਸਾਨ ਕੇ ਹਿੱਤ ਮੇਂ ਹੋ। ਜਿਸ ਤਰ੍ਹਾਂ ਜਿਸ ਸੈਂਟਰ ਸਰਕਾਰ ਰੁਕੀ ਹੈ, ਕਿਆ ਲੱਗਤਾ ਹੈ ਕਿ ਉਹ ਬਿੱਲ ਰੱਦ ਕਰ ਦੇਣਗੇ? ਦੇਖੋ ਐਸਾ ਹੈ ਕਿ ਲੱਗਤਾ ਇਸ ਲਈ ਨਹੀਂ ਹੈ ਕਿ ਕੱਲ੍ਹ ਵੀ ਸ਼੍ਰੀ ਰਾਜਨਾਥ ਜੀ ਕੈਬਨਿਟ ਮੇਂ ਬਹੁਤ ਮਜ਼ਬੂਤ ਮਿਨਿਸਟਰ ਹੈ, ਵੈਸੇ ਤਾਂ ਮਿਨਿਸਟਰ ਤਾਂ ਮਜ਼ਬੂਤ ਹੀ ਹੋਤਾ ਹੈ ਕੋਈ ਵੀ ਹੋ, ਲੇਕਿਨ ਸ਼੍ਰੀ ਰਾਜਨਾਥ ਜੀ ਕਾ ਮੈਂ ਸਮਝਤਾ ਹੂੰ ਕਿ ਰੁਤਬਾ ਬਹੁਤ ਬੜਾ ਹੈ। ਉਹ ਜੋ ਕੱਲ੍ਹ ਸਟੇਟਮੈਂਟ ਦੇ ਗਏ ਹਿਮਾਚਲ ਮੇਂ ਕਿ 1.5-2 ਸਾਲ ਚੱਲਣੇ ਤੋਂ ਉਸਕੇ ਬਾਅਦ ਹਮ ਬੈਠ ਕੇ ਬਾਤ ਕਰ ਲੇਂਗੇ ਅਗਰ ਗਲਤ ਹੁਆ ਤੋ, ਮਾਨੀਏ ਹਮਾਰੇ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ ਜੀ ਵੀ ਜਹਾਂ ਵੀ ਜਾਤੇ ਹੈ, ਚਾਹੇ ਗੁਜਰਾਤ ਮੇਂ ਜਾਤੇ ਹੈ, ਮੱਧਿਆ ਪ੍ਰਦੇਸ਼ ਮੇਂ ਜਾਤੇ ਹੈ, ਉਹ ਯਹੀ ਕਹਤੇ ਹੈ ਕਿ ਯੇ ਕਿਸਾਨ ਕੇ ਹਿੱਤ ਮੇਂ, ਤੋ ਇਨ ਬਾਤੋਂ ਸੇ ਲਗਤਾ ਨਹੀਂ ਹੈ ਕਿ ਇਤਨੀ ਜਲਦੀ ਯੇ ਵਾਪਸ ਲੈ ਲੇ ਜਾਂ ਕੱਲ੍ਹ ਕੋ ਮਸਲਾ ਹੱਲ ਹੋ ਜਾਏ, ਲਗਤਾ ਨਹੀਂ। ਹਮ ਤੋ ਦੁਆ ਕਰਤੇ ਹੈ ਕਿ ਮਸਲਾ ਹੱਲ ਹੋ ਜਾਏ, ਹਮ ਤੋ ਬਿਜ਼ਨਸਮੈਨ ਹੈ, ਹਮਾਰੀ ਕੋਈ ਨਾ ਕੋਈ ਲੜਾਈ ਹੈ ਨਾ ਹਮਾਰੀ ਕੋਈ ਐਸੀ ਸੋਚ ਹੈ ਕਿ ਹਮ ਸੜਕੋਂ ਪੇ ਆਏ ਐਸੇ ਮਜ਼ਾਰੇ ਕਰੇ, ਹਮ ਤੋ ਰੋਟੀ ਕਮਾਣੀ ਬੱਚੋ ਕਾ ਪੇਟ ਭਰਨਾ, ਲੇਕਿਨ ਇਹ ਜੋ ਮਜਬੂਰੀ ਮੇਂ ਹਮੇ ਹਮਾਰੇ ਉੱਪਰ ਇੱਕ ਥੋਪ ਦਿਆ ਗਿਆ ਲੜਾਈ ਲੜਨੇ ਕੇ ਲੀਏ, ਐਜੀਟੇਸ਼ਨ ਕਰਨੇ ਕੇ ਲੀਏ, ਨਾ ਉਨਕਾ ਮਨ ਹੈ ਨਾ ਹਮਾਰਾ ਮਨ ਹੈ ਜਾਂ ਜੋ ਵੀ ਇਸਮੇ ਐਜੀਟੇਸ਼ਨ ਮੇਂ ਸ਼ਾਮਿਲ ਕਰ ਰਿਹਾ, ਕਿਸੀ ਕਾ ਮਨ ਨਹੀਂ ਕਰਤਾ, ਲੇਕਿਨ ਮਜਬੂਰੀ ਆਪਣੇ ਫਿਊਚਰ ਕੀ ਹੈ ਤੋ ਮੈਂ ਤੋ ਦੁਆ ਕਰਤਾ ਹੂੰ ਕਿ ਕੱਲ੍ਹ ਜੇ ਨਿਪਟ ਜਾਏ ਮਾਮਲਾ, ਹੋ ਸਕਦਾ ਹੈ ਉਨਕੇ ਮਨ ਮੇਂ ਕੁਛ ਹੀ ਬਾਤ ਆ ਜਾਏ, ਸਮੇਂ ਕਾ ਪਤਾ ਨਹੀਂ ਹੋਤਾ, ਸਮਾਂ ਕੈਸੇ ਬਦਲਤਾ ਹੈ, ਕੈਸੇ ਕਰਵਟ ਲੇਤਾ, ਹੋ ਸਕਦਾ ਉਨਕੇ ਮਨ ਮੇਂ ਅੱਜ ਰਾਤ ਰਾਤ ਐਸਾ ਆ ਜਾਏ ਕਿ ਇਸਕੋ ਖਤਮ ਕਰਨਾ ਤੋ ਹੋ ਸਕਦਾ ਖਤਮ ਹੋ ਜਾਏ।